ਸਸ ਪੰਜਾਬੀ ਦੇਖਦੇ ਹੋਏ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੁਹਾਡਾ ਸਵਾਗਤ ਪ੍ਰੋਗਰਾਮ ਅੱਜ ਦਾ ਮੁੱਦਾ ਦੇ ਵਿੱਚ ਮੈਂ ਤੁਹਾਡੀ ਹੋਸਟ ਆਸ਼ਮਿਤਾ ਵੀ ਹੈਵ ਅ ਗ੍ਰੇਟ ਪ੍ਰੋਗਰਾਮ ਫॉर ਯੂ ਟੁਡੇ ਅੱਜ ਮੈਂ ਬਹੁਤ ਇੰਪੋਰਟੈਂਟ ਤੁਹਾਡੇ ਨਾਲ ਜਾਣਕਾਰੀ ਅਪ ਟੂ ਡੇਟ ਨਿਊਜ਼ ਲੈ ਕੇ ਆਏ ਹਾਂ ਜਿਸ ਤਰ੍ਹਾਂ ਤੁਹਾਨੂੰ ਕੱਲ੍ਹ ਦੱਸਿਆ ਸੀ ਇੱਕ ਬਹੁਤ ਵੱਡੀ ਪੋਲੀਟੀਕਲ ਅਕੰਪਲਿਸ਼ਮੈਂਟ ਪ੍ਰੈਜ਼ੀਡੈਂਟ ਬਾਈਡਨ ਦੇ ਖਾਤੇ ਕੱਲ੍ਹ ਨਿਊਜ਼ ਦੇ ਵਿੱਚ ਆਈ ਸੀ ਬਟ ਉਹ ਥੋੜ੍ਹੀ ਜਿਹੀ ਓਵਰਸ਼ੈਡੋ ਹੋ ਗਈ ਸੀ ਵਿਦ ਗਵਰਨਰ ਕੁਓਮੋਜ਼ ਰੈਜ਼ਿਗਨੇਸ਼ਨ ਬਟ ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਲੈਂਡਮਾਰਕ ਲੈਜਿਸਲੇਸ਼ਨ ਪ੍ਰੈਜ਼ੀਡੈਂਟ ਬਾਈਡਨ ਦੀ ਇਨਫਰਾਸਟ੍ਰਕਚਰ ਬਿੱਲ ਦੀ ਇਹ ਜੋ ਇਨਫਰਾਸਟ੍ਰਕਚਰ ਦਾ ਬਿੱਲ ਹੈ ਇਸ ਤਰ੍ਹਾਂ ਦੀ ਲੈਜਿਸਲੇਸ਼ਨ ਇਸ ਤਰ੍ਹਾਂ ਦੀ ਪੋਲੀਟੀਕਲ ਅਕੰਪਲਿਸ਼ਮੈਂਟ ਪ੍ਰੈਜ਼ੀਡੈਂਟਸ ਦੋਨੋਂ ਸਾਈਡਸ ਤੋਂ ਕੋਸ਼ਿਸ਼ ਕਰੇ ਡੈਮੋਕ੍ਰੈਟ ਐਂਡ ਰਿਪਬਲਿਕਨ ਓਵਰ ਦਾ ਲਾਸਟ ਫਿਊ ਈਅਰਸ ਬਟ ਸ਼ਾਇਦ ਪ੍ਰੈਜ਼ੀਡੈਂਟ ਬਾਈਡਨ ਦੇ ਖਾਤੇ ਇਹ ਅਕੰਪਲਿਸ਼ਮੈਂਟ ਫਾਈਨਲੀ ਉਹਨਾਂ ਨੂੰ ਮਿਲੂਗੀ ਬਿਕਾਜ਼ ਕੱਲ੍ਹ ਸੈਨੇਟ ਦੇ ਵਿੱਚ ਇਨਫਰਾਸਟ੍ਰਕਚਰ ਦਾ ਬਿੱਲ ਪਾਸ ਹੋਇਆ ਉਹ ਵੀ ਬਾਈਪਾਰਟੀਜ਼ਨ ਸਪੋਰਟ ਦੇ ਨਾਲ ਰਿਪਬਲਿਕਨਸ ਨੇ ਵੀ ਇਸ ਬਿੱਲ 'ਤੇ ਆਪਣਾ ਸਿਗਨੇਚਰ ਪਾਇਆ ਈਵਨ ਮਿਚ ਮੈਕਨਲ ਸਾਈਨਡ ਆਨ ਟੂ ਦਿਸ ਬਿੱਲ ਪ੍ਰਾਈਸ ਟੈਗ ਇਸ ਬਿੱਲ ਦਾ $1.2 trillion ਦਾ ਰੱਖਿਆ ਹੋਇਆ ਵਿਚ ਇਜ਼ ਕੰਸਿਡਰੇਬਲੀ ਲੈਸ ਜੋ ਪ੍ਰੈਜ਼ੀਡੈਂਟ ਬਾਈਡਨ ਦੀ ਓਰਿਜਨਲ ਪ੍ਰੋਪੋਜੀਸ਼ਨ ਸੀ ਉਦੋਂ ਕਾਫੀ ਛੋਟਾ ਅਮਾਊਂਟ ਹੈ ਕੰਪੈਰੇਟਿਵਲੀ ਬਟ ਇਟ ਸਟਿਲ ਅ ਬਿਗ ਨੰਬਰ ਇਸ ਨੰਬਰ ਦੇ ਵਿੱਚ ਸਭ ਤੋਂ ਇੰਪੋਰਟੈਂਟ ਚੀਜ਼ ਤੁਹਾਨੂੰ ਇਹ ਪਤਾ ਹੋਣੀ ਚਾਹੀਦੀ ਹੈ ਕਿ ਅੱਧਾ ਕੁ ਅਮਾਊਂਟ ਆਲਰੇਡੀ ਗਵਰਨਮੈਂਟ ਦੇ ਬਜਟ ਵਿੱਚ ਸੀਗਾ ਇਨਫਰਾਸਟ੍ਰਕਚਰ ਅਪਡੇਟਸ ਮੇਨਟੇਨੈਂਸ ਅਤੇ ਨਵੀਂ ਕੰਸਟਰਕਸ਼ਨ ਲਈ ਹਾਊਐਵਰ ਅਬਾਊਟ $500 million ਨਵਾਂ ਮਨੀ ਨਵੀਂ ਫੰਡਿੰਗ ਇੰਕਲੂਡ ਕੀਤੀ ਗਈ ਹੈ ਇਸ ਬਿੱਲ ਦੇ ਵਿੱਚ ਕੁਝ ਕ੍ਰਿਟੀਕਲ ਅਤੇ ਅਰਜੈਂਟ ਅਪਗ੍ਰੇਡਸ ਲਈ ਇਹ ਅਪਗ੍ਰੇਡਸ ਅਫਕੋਰਸ ਤੁਹਾਡੀ ਯੂ ਨੋ ਯੂਜੂਅਲ ਚੀਜ਼ਾਂ ਬ੍ਰਿਜਸ ਟਨਲਸ ਰੋਡਸ ਵਾਟਰ ਰਿਜ਼ਰਵਾਰਸ ਇਨ ਚੀਜ਼ਾਂ ਨੂੰ ਲੈ ਕੇ ਇਨਕਲੂਡ ਹੈਗੀ ਬਟ ਇਹਦੇ ਵਿੱਚ ਇਸ ਬਿੱਲ ਦੇ ਵਿੱਚ ਕੁਝ ਨਵੀਂ ਚੀਜ਼ਾਂ ਜੋ ਅਸੀਂ ਸੋਚਦੇ ਨਹੀਂ ਹਾਂ ਕਿ ਸ਼ਾਇਦ ਇਨਫਰਾਸਟ੍ਰਕਚਰ ਦੇ ਵਿੱਚ ਇਨਕਲੂਡਡ ਹੋਣੀ ਚਾਹੀਦੀ ਉਹ ਵੀ ਇਸ ਬਿੱਲ ਦੇ ਵਿੱਚ ਲਿਖੀਆਂ ਗਈਆਂ ਸੱਚ ਐਜ਼ ਇੰਟਰਨੈਟ ਐਕਸੈਸ ਫਾਰ ਆਲ ਪ੍ਰੈਜ਼ੀਡੈਂਟ ਬਾਈਡਨ ਦਾ ਇਹ ਮੰਨਣਾ ਹੈ ਕਿ ਇੰਟਰਨੈਟ ਇੱਕ ਬੇਸਿਕ ਨੈਸੈਸਿਟੀ ਹੈਗੀ ਜਿਸ ਤਰ੍ਹਾਂ ਤੁਹਾਡਾ ਪਾਣੀ ਜਿਸ ਤਰ੍ਹਾਂ ਤੁਹਾਡੀ ਬਿਜਲੀ ਹੈ ਉਸ ਤਰ੍ਹਾਂ ਤੁਹਾਡੀ ਇੰਟਰਨੈਟ ਦੀ ਐਕਸੈਸ ਵੀ ਹੋਣੀ ਚਾਹੀਦੀ ਹੈ ਅਤੇ ਇਸ ਮੁਲਕ ਦੇ ਵਿੱਚ ਇਹੋ ਜਿਹੀ ਕਮਿਊਨਿਟੀਜ਼ ਹੈਗੀਆਂ ਜਿਨ੍ਹਾਂ ਦੇ ਕੋਲ ਇੰਟਰਨੈਟ ਐਕਸੈਸ ਨਹੀਂ ਹੈ ਐਂਡ ਜਿਸ ਤਰ੍ਹਾਂ ਅਸੀਂ ਕੋਵਿਡ ਦੇ ਦੌਰਾਨ ਦੇਖਿਆ ਬੱਚੇ ਸਕੂਲ ਅਟੈਂਡ ਨਹੀਂ ਕਰ ਸਕਦੇ ਪੇਰੈਂਟਸ ਕੰਮ ਦੀ ਮੀਟਿੰਗਸ ਨਹੀਂ ਅਟੈਂਡ ਕਰ ਸਕਦੇ ਈਮੇਲਾਂ ਨਹੀਂ ਚੈੱਕ ਕਰ ਸਕਦੇ ਅਗਰ ਉਹਨਾਂ ਦੇ ਕੋਲ ਰਿਲਾਇਬਲ ਇੰਟਰਨੈਟ ਨਹੀਂ ਹੈਗਾ ਸੋ ਦੀ ਇੰਟਰਨੈਟ ਹੈਜ਼ ਬਿਕਮ ਪਰਹੈਪਸ ਸੱਚੀ ਮੁੱਚੀ ਦੀ ਇੱਕ ਨੈਸੈਸਿਟੀ ਐਂਡ ਇਸ ਬਿੱਲ ਦੇ ਵਿੱਚ ਇੰਟਰਨੈਟ ਐਕਸੈਸ ਦੀ ਇਨਕਲੂਜਨ ਹੈਗੀ ਇਸ ਕਾਰਨ ਕਰਕੇ ਐਜ਼ ਵੈਲ ਐਜ਼ ਵੇਰੀਅਸ ਇਨਵਾਇਰਮੈਂਟਲ ਮੈਜਰਸ ਭਾਵੇਂ ਉਹ ਤੁਹਾਡੀ ਗੱਡੀ ਦੀ ਮਾਈਲੇਜ ਨੂੰ ਟੈਕਸ ਕਰਨ ਦੀ ਪ੍ਰੋਪੋਜੀਸ਼ਨ ਹੋਏ ਭਾਵੇਂ ਉਹ ਤੁਹਾਡੀ ਯੂ ਨੋ ਕਲੀਨ ਐਨਰਜੀ ਆਲ ਆਫ ਦੀਸ ਥਿੰਗਸ ਆਰ ਇਨਕਲੂਡਿਡ ਇਨ ਦਿਸ ਬਿੱਲ ਸੋ ਵੀ ਆਰ ਗੋਇੰਗ ਟੂ ਟਾਕ ਅਬਾਊਟ ਕਿ ਸਭ ਤੋਂ ਪਹਿਲੇ ਜਦੋਂ ਇਨਫਰਾਸਟ੍ਰਕਚਰ ਦੀ ਗੱਲ ਆਉਂਦੀ ਹੈ ਇਨਫਰਾਸਟ੍ਰਕਚਰ ਦੇ ਵਿੱਚ ਇਨਕਲੂਡਿਡ ਕੀ ਹੁੰਦਾ ਹੈ ਕਿਸ ਤਰ੍ਹਾਂ ਦੀ ਬੇਸਿਕ ਚੀਜ਼ਾਂ ਇੱਕ ਇੰਜੀਨੀਅਰਿੰਗ ਪਰਸਪੈਕਟਿਵ ਤੋਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਇਨਫਰਾਸਟ੍ਰਕਚਰ ਦੇ ਵਿੱਚ ਇਨਕਲੂਡ ਹੁੰਦੀ ਹੈ ਐਂਡ ਦੈਨ ਮੋਸਟ ਇੰਪੋਰਟੈਂਟਲੀ ਦੀ ਇਕਨੋਮਿਕਸ ਆਫ ਇਟ ਆਲ ਜਦੋਂ ਇਸ ਇਨਫਰਾਸਟ੍ਰਕਚਰ ਬਿੱਲ ਦੀ ਗੱਲ ਆਉਂਦੀ ਹੈ ਇਸ ਪ੍ਰਾਈਸ ਟੈਗ ਦੀ ਗੱਲ ਆਉਂਦੀ ਹੈ ਇੱਥੇ ਦੀ ਇਕੋਨਮੀ 'ਤੇ ਕੀ ਇੰਪੈਕਟ ਪਊਗਾ ਐਂਡ ਮੋਸਟ ਇੰਪੋਰਟੈਂਟਲੀ ਇਹ ਇਨਫੋਰਮੇਸ਼ਨ ਤੁਹਾਡੇ ਲਈ ਬਹੁਤ ਹੀ ਤੁਹਾਨੂੰ ਵਧੀਆ ਲੱਗੂਗੀ ਕਿ ਕਿੱਥੇ ਤੁਸੀਂ ਆਪਣੀ ਇਨਵੈਸਟਮੈਂਟਸ ਪਾਣੀ ਬਿਕੋਜ਼ ਇਨਵੈਸਟਮੈਂਟ ਆਪਰਚੁਨਿਟੀਜ਼ ਵੋ ਵੀ ਓਪਨਿੰਗ ਅਪ ਐਜ਼ ਵੈਲ ਸੋ ਇਸ ਬਿੱਲ ਦੇ ਵਿੱਚ ਡਿਸਕਸ ਕਰਨ ਨੂੰ ਬਹੁਤ ਹੈਗਾ ਸਾਡੇ ਨਾਲ ਬਹੁਤ ਵਧੀਆ ਬਹੁਤ ਨੌਲੇਜਬਲ ਪੈਨਲ ਅੱਜ ਜੁੜਿਆ ਇੱਥੇ ਇੱਕ ਛੋਟੀ ਜਿਹੀ ਬ੍ਰੇਕ ਰੁਕਦੇ ਹਾਂ ਮਿਲਦੇ ਹਾਂ ਬ੍ਰੇਕ ਤੋਂ ਉਸ ਪਾਰ ਤੁਸੀਂ ਵੇਖ ਰਹੇ ਹੋ ਪ੍ਰੋਗਰਾਮ ਅੱਜ ਦਾ ਮੁੱਦਾ ਜਿਸ ਤਰ੍ਹਾਂ ਤੁਹਾਨੂੰ ਕੱਲ੍ਹ ਦੱਸਿਆ ਸੀ ਅੱਜ ਗੱਲ ਹੋ ਰਹੀ ਹੈ ਇਸ ਬਹੁਤ ਹੀ ਵੱਡੇ ਲੈਂਡਮਾਰਕ ਲੈਜਿਸਲੇਸ਼ਨ ਦੀ ਇਨਫਰਾਸਟ੍ਰਕਚਰ ਬਿੱਲ ਜੋ ਕਿ ਸੈਨੇਟ ਦੇ ਵਿੱਚ ਕੱਲ੍ਹ ਪਾਸ ਕੀਤਾ ਗਿਆ ਅਫਕੋਰਸ ਕੱਲ੍ਹ ਇਹਦੀ ਗੱਲ ਨਹੀਂ ਕਰ ਪਾਏ ਕੋਰ ਕੁਛ ਹੋਰ ਵੱਡੀ ਹੈਡਲਾਈਨਸ ਕੱਲ੍ਹ ਸਾਨੂੰ ਕਵਰ ਕਰਨੀਆਂ ਪਈ ਬਟ ਅੱਜ ਇਨਫਰਾਸਟ੍ਰਕਚਰ ਬਿੱਲ ਨੂੰ ਲੈ ਕੇ ਸਾਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਸਭ ਤੋਂ ਪਹਿਲੇ ਜਦੋਂ ਇਨਫਰਾਸਟ੍ਰਕਚਰ ਦੀ ਗੱਲ ਆਉਂਦੀ ਹੈ ਜੋ ਪੋਲੀਟਿਕਸ ਜੋ ਇਕਨੋਮਿਕ ਇਹਦੀ ਇੰਪਲੀਕੇਸ਼ਨਸ ਹਨ ਉਹ ਬਾਅਦ 'ਚ ਸਾਨੂੰ ਕੰਸਿਡਰ ਕਰਨੀ ਚਾਹੀਦੀ ਸਭ ਤੋਂ ਪਹਿਲੇ ਸਾਨੂੰ ਇਹ ਸੋਚਣਾ ਚਾਹੀਦਾ ਕਿ ਇਨਫਰਾਸਟ੍ਰਕਚਰ ਦੇ ਵਿੱਚ ਹੈ ਕੀ ਕੁਛ ਕਿ ਜਦੋਂ ਤੁਸੀਂ ਸੋਚਦੇ ਹੋ ਕਿ ਇਹ ਇਨਫਰਾਸਟ੍ਰਕਚਰ ਬਿੱਲ ਕੀ ਕੁਛ ਅਕੰਪਲਿਸ਼ ਕਰੂਗਾ ਮੇਰੀ ਜ਼ਿੰਦਗੀ ਦੇ ਵਿੱਚ ਇਹਦਾ ਕੀ ਇੰਪੈਕਟ ਪਊਗਾ ਕੀ ਪੋਜ਼ਿਟਿਵ ਚੇਂਜ ਮੈਨੂੰ ਇਹਦਾ ਕੋਈ ਫਾਇਦਾ ਵੀ ਹੋਣਾ ਜਾਂ ਨਹੀਂ ਉਸ ਤੋਂ ਪਹਿਲੇ ਤੁਹਾਨੂੰ ਇਹ ਸਮਝਣਾ ਜ਼ਰੂਰੀ ਹੈ ਕਿ ਇਨਫਰਾਸਟ੍ਰਕਚਰ ਦੇ ਵਿੱਚ ਕੀ ਕੁਛ ਇਨਕਲੂਡਿਡ ਹੁੰਦਾ ਕਿਉਂ ਅਹਿਮੀਅਤ ਹੈਗੀ ਇਸ ਲੈਜਿਸਲੇਸ਼ਨ ਦੀ ਇੰਨੀ ਜ਼ਿਆਦਾ ਕਿ ਡੈਮੋਕ੍ਰੈਟਸ ਐਂਡ ਰਿਪਬਲਿਕਨਸ ਸੈਨੇਟ ਦੇ ਵਿੱਚ ਇਹਦੇ 'ਤੇ ਸਾਈਨ ਔਨ ਕੀਤੇ ਇਨਫੈਕਟ ਮਿਚ ਮੈਕਨਲ ਸਾਈਨਡ ਔਨ ਐਜ਼ ਵੈਲ ਸੋ ਫਸਟ ਲੈਟਸ ਲਰਨ ਅਬਾਊਟ ਇਨਫਰਾਸਟ੍ਰਕਚਰ ਐਂਡ ਅੱਜ ਇਸ ਜਾਣਕਾਰੀ ਲਈ ਸਾਨੂੰ ਜੁਆਇਨ ਕਰੇ ਆਈ ਮੀਨ ਹੂ ਬੈਟਰ
Then someone from a civil engineering background who has reached the highest levels of academia in the field. Mainu bahut hi khushi ho rahi hai unhanu introduce karde hoye. Please welcome to the show Dr. Sukhmander Singh. Sab toh pehle Dr. Sab toh program de vich swagat. Sat Sri Akal. Dr. Sukhmander ji, of course, not only are you a professor of civil engineering, you're also associate dean of the School of Engineering at Santa Clara University in California. Previously, to see visiting faculty, Cambridge University, UK, the Sabto, one of the highest regarded universities in the world, in fact. Othe vi rahe ho. You know, Dr. Sab, to see Sadnal Hamesha Jurke, Sikh Itihas. या जो साड़ी पंजाबी कम्यूनिटी के नाल जुड़े हुए मुद्दे उन्हें ते कॉमेंट करते हो बट अज जो तुहाडी प्रोफेसनल एक्सपर्टीज हैगी उहदे करके मैनू बहुत खुशी हो रही है कि तुसीं साडे नाल जुड़ के थोड़ा जिहा टाइम कढ़िया साडे लई. डॉक्टर साहब, दिस इंफ्रास्ट्रक्चर बिल ह्यूज लैंडमार्क लैजिस्लेशन. इन द प्रीवियस ईयरस बोथ रिपब्लिकन एंड डेमोक्रेटिक प्रेजिडेंट्स उन्होंने बहुत कोशिश की है कि इहदे ते कुछ एक्शन लिता जाए. लगता है शायद प्रेजिडेंट बाइडन Finally, इस चीज़ से कुछ एक्शन लै पाएंगे. कल सैनेट के जो बिल पास होया उन्हों लैके पोलिटिकल इकोनॉमिक चीज़ों तो पहले मैं थोड़े तो पूछना चाहती हूँ डॉक्टर सुखमंदर जी. फर्स्ट ऑफ ऑल, वट डज इंफ्रास्ट्रक्चर इनटेल? की मेन चीज़ा है जो इस दायरे के इंक्लूडिड होंगे? सत चीज़ा डिकलेयर होंगे जी. ब्रिजिज, रोड्स, transportation, water systems, ports, airports, railways. Some of them are more than centuries old system. And they are actually now weak and faulting functioning infrastructures. Jo main tuhanu ganaye ne na, ਇਹ ਸਾਰੇ ਦੇ ਸਾਰੇ ਸਾਡੀ ਲਾਈਫ ਨੂੰ ਸਪੋਰਟ ਕਰਦੇ ਨੇ ਟੂ ਰਨ ਆਰ ਲਾਈਫ ਸਮੂਥਲੀ. ਬ੍ਰਿਜਿਸ ਦੀ ਐਗਜ਼ਾਮਪਲ ਲੈ ਲਓ. ਹੁਣ ਜਿਵੇਂ ਹਡਸਨ ਰਿਵਰ ਦੇ ਅੰਡਰ ਦੀ ਜਿਹੜੀ ਟਨਲ ਜਾਂਦੀ ਹੈ ਨਿਊਯਾਰਕ ਤੇ ਨਿਊਯਾਰਕ ਕਨੈਕਟ ਕਰਦੀ ਹੈ, ਇੱਕ ਤਾਂ ਫਲੱਡ ਹੋ ਗਈ, ਬੁਰਾ ਹਾਲ, ਟ੍ਰੈਫਿਕ ਜੈਮ. ਜਿੱਥੇ ਕਿਤੇ ਵੀ ਹੁਣ ਅਸੀਂ ਰੋਡ, ਜਦੋਂ ਵੀ ਕਿਤੇ ਕਿਤੇ ਦਫ਼ਤਰ ਜਾਂਦੇ ਹਾਂ ਜਾਂ ਕਿਤੇ ਮਿਲਣ ਜਾਂਦੇ ਹਾਂ ਜਾਂ ਕਸਟਮ ਜਾਂਦੇ ਹਾਂ, ਵੀ ਯੂਜ਼ ਰੋਡ ਦੈਨ ਬ੍ਰਿਜਿਸ. ਜੇ ਉਹ ਹੀ ਕਲੈਪਸ ਹੋ ਰਹੇ ਨੇ ਜਾਂ ਡਿਟੀਰ ਹੋ ਰਹੇ ਨੇ ਜਾਂ ਡੇਂਜਰਸ ਨੇ, ਸਾਡੀ ਲਾਈਫ ਉੱਥੇ ਕਿੰਨੀ ਜ਼ਿਆਦਾ ਸਫਰ ਹੋਈ. ਆਫ ਕੋਰਸ ਡਾਕਟਰ ਸੁਖਮੰਦਰ ਜੀ, ਦਿਸ ਇਨਕਲੂਡਸ ਵਾਟਰ ਐਸ ਵੈਲ, ਰਾਈਟ? ਨਾਟ ਜਸਟ, ਯੈਸ, ਵਾਟਰ ਆਈ ਸ਼ੁਡ ਹੈਵ ਸੈਡ ਵਾਟਰ. ਯਾ, ਜੀ ਜੀ ਜੀ, ਦੱਸੋ. ਵਾਟਰ, ਐਕਚੁਅਲੀ ਆਈ ਐਮ ਗਲੈਡ ਯੂ ਪੁਆਇੰਟਡ ਆਊਟ, ਬਿਕਾਜ਼ ਵਾਟਰ ਇਜ਼ ਦ ਵਨ ਵਿਚ ਇਜ਼ ਅ ਸਪਲਾਈ ਆਫ ਦ system. We build a dam, we store it, we clean it, when you transport water for drinking, for other purposes, and also the sewage system, system by which you go. Once those pipes are broken and gone, then you can see the, you know, recent floods, you know, if the, your storm water drain are not functioning and you have, you know, some problem with the dams, the dam has failed, or there's a problem that you don't have enough supply these days, especially, it's very important. Dusri gal ik quickly just enough jinne sare main account kite ne na, pichle 111 years most engineers, being myself a civil engineer, assi design karde hain koi bhi structure, ohi life span declare karde hain ji. 98% of our infrastructure, some of the bridges especially, you know, they are function way beyond their lifespans. Mm-hmm. You know, because the 100 years, 150 years, but they're still functioning. And the problem is compounded because the maintenance and regular repair are totally neglectory. Paise kharch karan di government ne koshish hi nahi ki thi. Itthon tak ke jadon inne kharab jo main likhi bridge de bare Cincinnati inna khatra hai, oh dikhaya hi photo hai. ਕਿ ਜਦੋਂ ਐਨ ਅਖੀਰ ਪਹੁੰਚ ਜਾਂਦੀ ਵੀ ਹੁਣ ਤਾਂ ਇਹ ਬ੍ਰਿਜ ਗਿਆ ਕਿ ਗਿਆ, 16 ਵੀਲਰ ਤਾਂ ਚੱਲਣਾ ਹੀ ਮੁਸ਼ਕਿਲ ਉੱਤੇ, ਤੇ ਉਦੋਂ ਅਸੀਂ ਜਾਗਦੇ ਆਂਗੇ. ਸੋ ਇਸ ਕਰਕੇ ਇਹ ਬ੍ਰਿਜਸ ਤੇ ਵਗੈਰਾ ਬਹੁਤ ਇੰਪੋਰਟੈਂਟ. ਡਾਕਟਰ ਸਾਹਿਬ, ਤੁਸੀਂ ਇਸ ਯੂ ਨੋ ਮੈਂ ਕਹਾਂਗੀ ਅਰਜੈਂਸੀ ਦੀ ਗੱਲ ਕੀਤੀ. ਇਨ ਫੈਕਟ ਇਹ ਚੀਜ਼ ਡਾਕੂਮੈਂਟਡ ਵੀ ਹੈਗੀ ਦੀ ਅਮਰੀਕਨ ਸੋਸਾਇਟੀ ਆਫ ਸਿਵਲ ਇੰਜੀਨੀਅਰਸ ਦੇ ਵੱਲੋਂ ਕੁਝ ਅਸੈਸਮੈਂਟ ਕੀਤੀਆਂ ਗਈ. ਵਾਟ ਵਾਸ ਦ ਗ੍ਰੇਡ ਦੈਟ ਵਾਸ ਗਿਵਨ? ਓਕੇ, ਉਹਨਾਂ ਦਾ ਇਹ ਅਮਰੀਕਨ ਸਿਵਲ ਇੰਜੀਨੀਅਰ ਪ੍ਰੈਜ਼ੀਡੈਂਟ ਗ੍ਰੈਗ, ਉਹਨੇ ਲਾਸਟ ਈਅਰ ਕਿਹਾ, ਕਹਿੰਦਾ ਦੇਖੋ ਜੀ, ਪਿਛਲੇ ਦੋ ਡਿਕੇਡ ਤੋਂ
ਅਸੀਂ ਇਵੈਲੂਏਟ ਕਰਦੇ ਆਏ ਆ ਇਨਫਰਾਸਟ੍ਰਕਚਰ ਨੂੰ ਬੀ ਗ੍ਰੇਡ ਦਿੱਤਾ ਗਿਆ ਜੀ ਹੁਣ ਥੋੜਾ ਜਿਹਾ ਇੰਪਰੂਵ ਆਇਆ ਇਸ ਵੇਲੇ ਦਿਸ ਇਜ਼ ਸੀ ਮਾਈਨਸ ਤੁਸੀਂ ਇਮੇਜਿਨ ਕਰੋ ਕਿ ਤੁਹਾਡਾ ਬੱਚਾ ਇੱਕ ਰਿਪੋਰਟ ਕਾਰਡ ਲੈ ਆਇਆ ਵੀ ਸਕੂਲ ਦੀ ਕਿ ਵੀ ਮੇਰਾ ਜੀ ਡੀ ਗ੍ਰੇਡ ਹੈ ਤੋ ਤੁਸੀਂ ਘਬਰਾਉਂਦੇ ਨਹੀਂ ਤੁਸੀਂ ਤੁਸੀਂ ਓ ਮਾਈ ਗੁੱਡਨੈਸ ਵਾਟ ਹੈਪਨ ਯੂ ਵੀ ਹੈਵ ਟੂ ਡੂ ਸਮਥਿੰਗ ਤੋ ਸਾਡੇ ਇਨਫਰਾਸਟ੍ਰਕਚਰ ਅਮੈਰੀਕਨ ਸੋਸਾਇਟੀ ਆਫ ਸਿਵਲ ਇੰਜੀਨੀਅਰ ਦੀ ਇਵੈਲੂਏਸ਼ਨ ਦੇ ਮੁਤਾਬਕ ਡੀ ਗ੍ਰੇਡ ਹੈ ਵਾਟਰ ਸਿਸਟਮ ਤੋਂ ਦੱਸਾਂ ਗੱਲ ਯਾਰ ਆਈ ਹੋਪ ਨਾਊ ਨਾ ਬ੍ਰੈਗਿੰਗ ਅਬਾਊਟ ਮਾਈਸੈਲਫ ਡੈਮਸ ਇਤਨੇ ਜ਼ਿਆਦਾ ਵੀਕ ਹੋ ਚੁੱਕੇ ਨੇ ਪਰਟੀਕੂਲਰਲੀ ਟੈਕਨੋਲੋਜੀ ਵੈਨ ਦੇ ਵਰ ਬਿਲਟ was not advanced enough that they could stay stable during earthquake and heavy flooding ji california dam safety board ne elan kita hai ki jinne existing dam hai 200 dam other dam they got to be tested against earthquakes one of the dam was san pablo clear dam it was downstream failing I was a principal investigator investigation I investigated why it's failing anyway finally we had to cut it they rebuilt it but on that process to long story short I had to request them to completely empty the reservoir. Wow. Then we cut the dam side, we built it, it's functioning now. But tusi imagine karo, toda water supply system for months cut off ho gaya hai. Tusi faucet on kar diyo, pani aa nahi rahega. Kithon aayega pani? Je pani aaye te gadla pani aa reha hai. Eh ek water system jehda sada hai na, oh itna zyada vulnerable hai is vele. They barely functioning. Wow. I would repeat, this is a weak and faltering infrastructures that has got to be fixed if we have to run our life smoothly both from drinking point of view from transportation point of view from in terms of safety point of view all that things because the climate changes which are so enormous these days they are posed a more serious threat Absolutely. We got to build our system or repair our system so that we could somehow the other can at least survive during these catastrophic things ji dr sukhmandir ji I'm so glad to see sanu ek overview ditta ki infrastructure de vich ki kuch included and you know people don't realize jo tusi infrastructure di gal karde ho jis tarah tusi shuruaat kiya yes it's roads and bridges and tunnels oh ta pehla kadam hai ga but then it's your water it's your children's schools hai na like sadi gal ho rahi si in new york city there is still public school jide vich nikke nikke bacche jande hai jin buildings de paint de vich lead hai ga us unna di deewaran de vich asbestos hai gi and these are highly toxic chemicals that are you know our kids are inhaling on a regular basis so all of these things are included but most importantly it's environmental factors right jinna nu ajdi rate vich koi deny nahi kar sakda ke yes it's happening I mean we just talked about the IPCC report last night code red warning by the intergovernment panel on climate change so the infrastructure bill includes something about that as well main thodi ji ide bare hor jankari taur te dena chahndi ek chote ji break le rukde ha dr sahab is tarah sade naal jude raho viewers tusi bhi sade naal jude raho conversation jari rahegi sari details is infrastructure bill nu laake taur naal pesh karde rahange ਤੁਸੀਂ ਵੇਖ ਰਹੇ ਹੋ ਪ੍ਰੋਗਰਾਮ ਅੱਜ ਦਾ ਮੁੱਦਾ ਸਾਡੇ ਨਾਲ ਜੁੜੇ ਹਨ ਦੀ ਸਿਵਲ ਇੰਜੀਨੀਅਰਿੰਗ ਐਕਸਪਰਟ ਆਫ ਕੋਰਸ ਪ੍ਰੋਫੈਸਰ ਆਫ ਸਿਵਲ ਇੰਜੀਨੀਅਰਿੰਗ ਐਸੋਸੀਏਟ ਡੀਨ ਆਫ ਦ ਸਕੂਲ ਆਫ ਸਿਵਲ ਇੰਜੀਨੀਅਰਿੰਗ ਐਟ ਸੈਂਟਾ ਕਲਾਰਾ ਯੂਨੀਵਰਸਿਟੀ ਡਾਕਟਰ ਸੁਖਮੰਦਰ ਸਿੰਘ ਜੀ ਇੱਕ ਵਾਰੀ ਫਿਰ ਤੁਹਾਨੂੰ ਪ੍ਰੋਗਰਾਮ ਦੇ ਵਿੱਚ ਸਵਾਗਤ ਕਰਦੇ ਹਾਂ ਡਾਕਟਰ ਸਾਹਿਬ ਇਟਸ ਸੋ ਨਾਈਸ ਕਿ ਅੱਜ ਸਾਡੀ ਗੱਲ ਜੋ ਤੁਹਾਡੀ ਡੇ ਜੌਬ ਹੈਗੀ ਉਹਦੇ ਬਾਰੇ ਸਾਨੂੰ ਕਰਨ ਦਾ ਮੌਕਾ ਮਿਲਿਆ ਨੋਰਮਲੀ ਵੀ ਟਾਕ ਅਬਾਊਟ ਯੂ ਨੋ ਪੰਜਾਬ ਪੋਲੀਟਿਕਸ ਔਰ Sikh culture and things of that sort but today jo todi lifelong professional pursuit rahi hai the thing that you are still so passionately involved in aaj you know country de bilkul forefront de te aa gayi hai with this infrastructure bill so tusi sanu thoda ja you know mota mota dassya ke ide vich ki kuch included hunda hai now I want to talk about a little bit of what improvements need to be made and jadon assi environmental impact di gal karde hain climate change di gal karde hain specifically what improvements need to be included in these infrastructure upgrades taki you know we are safeguarding against the inevitable impact of climate change Doganane being a licensed civil engineer I have a flood of thoughts coming in my mind to fix infrastructures and then your question is about
the climatic changes. Je tusi kalla public facilities di gall lao na, public transportation, public schools, public hospitals, they are in dire need to take care of it, otherwise our life will be badly disrupted. Yeah. Under earthquake loading conditions, most schools have to be looked at it. Now, how, what to do, that called retrofitting. Yeah. Retrofitting two approaches. One is if old one is so old, got to rebuild it, just like Oakland Bay Bridge. Yeah. The other one is you reinforce this, you bring another structural element to beef up the strength in that portion, which is rusted, replace it, repair it, or something, these kind of ones. And if your water supply system, that could be both the pipes, including the dams and reservoirs, which are, you know, these days is very difficult. And there's a, on the West Coast, there's a dry season where the water will come from. There's in San Diego, they are trying to desalt ocean water and see if they can available. It may not be, that would mean a new way of life. On East Coast floods. Now, all of these things are actually in the long in our own hands. We are the one who will have to fix it because we have to change the way we have pumping those carbon gases in it. Yeah. In that sense, we must therefore convert to pollution-free energy sources. Solar system, water system, wind and all those things. And also even change the lifestyle in terms of the consumption, you know. These days, if you go to television, everywhere there's a consumption. They're selling it. Yeah. People have so brainwashed, they have forgotten the distinction between need, greed, and contentment. Oh, absolutely. I know. First of all, we don't even know how to define need. This is all by the commercialism. They can, you know, hype us up. We want this. Then greed, you know, this is the way system is. Contentment. This is, I'm getting sidetracked. All I'm trying to say is this thing, that to be able to live peacefully, safely, and this thing, we need to spend this money in fixing these weak and faltering infrastructures, yeah, which is water, bridges, roads, transportation. That's number one. We must, and I think this bill which has been passed is an absolute need. Again, the first and foremost thing is we must fix weak and faltering infrastructure as we can, by repair, by retrofitting, by changing or rebuilding. The second is extremely important, that we must seriously realize the catastrophic floods. This is a glacier melting. All these are great warning. We have to somehow or the other promote energy efficient, pollution free energy rather than depending upon fuel system, fossil fuel. Fossil fuel is going to, you know, we all know, and also the emission and so on and so forth. Agar already hegani, it should be on the way out, right? Traditional oil and gas are not a sustainable form. Long-term, innu nahi asi edite dependent reh sakde. But, you know, this bill has some really interesting things. Jedi viability bare main todi rai lena chahundi. For example, tusi keha si khas karke jithe renewable energy di gal aandi hai, you know, for the environment, things like solar and wind. Dr. Saab, from an engineer's perspective, solar te wind, is it a viable enough source of energy that agar power grid odte shift karna hoye, forget the whole country, but if we even take a city, a populated city or a populated county, state even, you know, what does the model look like ke o cheez successful te sustainable ho sakdi hai? Oh, is tarah ga ke technical university of Munich, there which students ne engineering the students ne na sun extension aaya ek cheez kadi hai mini hydroelectric power. Okay. Thode water hydroelectric energy generate kar reha hega. In other words, there is another avenue by which hydroelectric energy can be generated. We used to generate them by building high concrete dams, this and that, build penstock, but nowadays research is going on a small scale which is self-propelling. Can we make so that they generate energy? It means not wholly dependent upon solar.
So there is a, what they call it, when there is a necessity, there's a need, you can focus the research on it, and it's, it does happen. And also there's a, I mean, this is something, you know, fusion is another process. All nuclear power plants are based upon spreading it, but fusion is when you somehow fuse hydrogen and oxygen, then two also release enormous energy, and there's no nuclear waste. So that's another source. See, it's a lot to discuss on it because we don't have time. All I'm saying is this thing, is that currently the infrastructure bill is most appropriate, well-placed. I'm not campaigning. I'm not a campaigner on this one, but I'm just from an engineering point of view. Because I have seen, I have known, I've been involved recently in not too far away from our house. So there's two freeways crossing, you know, and they had the bridge problem. And I could see how the infrastructure was first tested, the way it is, you know. University of California, Berkeley is the top school in civil engineering. My own study, I did my PhD at UC Berkeley, the amount of research going on there is worth looking at. I'm challenging all Ivy League schools, come visit University of California, Berkeley civil engineering research. They will be amazed how much energy level is this. All I can say, this thing, the retrofitting of this bridge, how it was done, how in additional pillars, how things were done, amazing. Now people can go safely. So that's the one I'm saying. That's where the money will have to spend $115 billion just on the bridges alone and the system, and then the dams. Dr. Saab, you know, once again, I know thodi ji gal nu sidetrack main karan lagi haan, but just to put things into perspective, right? Jo sade viewers han, unna nu Punjab politics te Punjab di jo sari vak-vak problema hegi haan, unna de baare ik-ik jaankari hegi, right? Agar eho ji koi cheez Punjab ch propose kiti jaye ke infrastructure, this, that, flana, ਲੋਕਾਂ ਦਾ ਉਹਦੇ ਵਿੱਚ ਟਰਸਟ ਮਤਲਬ ਲਿਊਕ ਵਾਰਮ ਐਟ ਬੈਸਟ ਹੁੰਦਾ ਹੈ ਨਾ, ਕਿ ਪਤਾ ਨਹੀਂ ਇਹਦੇ 'ਚ ਕੁਛ ਲਿਖ ਲੂਗਾ ਵੀ ਨਹੀਂ, ਕਿ ਸੀਮੈਂਟ ਦੀ ਥਾਂ 'ਤੇ ਰੇਤ ਹੀ ਇਹਨਾਂ ਨੇ ਪਾ ਦੇਣੀ ਹੈ ਅਤੇ ਬ੍ਰਿਜ ਤਾਂ ਯੂ ਨੋ ਉੱਥੇ ਡਿੱਗ ਪੈਣਾ। ਬਟ ਹੀਅਰ ਇਨ ਦ ਯੂਨਾਈਟਿਡ ਸਟੇਟਸ, ਵੈਨ ਦ ਗਵਰਨਮੈਂਟ ਸੈਜ਼ ਵੀ ਆਰ ਅਲਾਇੰਗ ਦਿਸ ਕਾਈਂਡ ਆਫ ਮਨੀ, ਲੋਕਾਂ ਨੂੰ ਫੇਥ ਹੋਣਾ ਚਾਹੀਦਾ ਦੈਟ ਯੈਸ ਇਟ ਵਿਲ ਬੀ ਡਨ ਨਾਟ ਜਸਟ ਪ੍ਰੋਪਰਲੀ ਬਟ ਜਿਸ ਤਰ੍ਹਾਂ ਤੁਸੀਂ ਕਹਿ ਰਹੇ ਹੋ ਵਿਦ ਦ ਕਟਿੰਗ ਐਜ ਸਾਇੰਸ ਐਟ ਦ ਫੋਰਫਰੰਟ, ਰਾਈਟ? ਵਾਂਸ ਅਗੇਨ ਸਾਨੂੰ ਥੋੜ੍ਹਾ ਜਿਹਾ ਤੁਸੀਂ ਹੋਰ ਜਿਹਦੇ ਕਹਿੰਦੇ ਨਾ, ਕੈਨ ਯੂ ਗਿਵ ਅਸ ਅ ਲਿਟਲ ਬਿਟ ਮੋਰ ਫੇਥ ਇਨ ਦਿਸ ਪ੍ਰੋਸੈਸ ਦੈਟ ਦਿਸ ਬਿਲ ਇਜ਼ ਦ ਫਰਸਟ ਸਟੈਪ, ਕਿ ਜਦੋਂ ਇਹ ਇੰਪਰੂਵਮੈਂਟਸ ਸ਼ੁਰੂ ਹੋਣਗੀਆਂ ਟੂ ਵਟ ਸਟੈਂਡਰਡਸ ਵਿਲ ਦੇ ਬੀ ਕੈਰੀਡ ਆਊਟ? Actually, under American Society of Civil Engineers, there are the codes of ethics and the canons of the thing. Before we hire engineers, they got to be fully licensed, and they have to put the experience. Mostly, the, you know, request for proposal, they call RFP, the request for proposal. They are sent to potentially qualified people that we want to build this bridge or fix it. I want to put a dam, whatever. Then qualified people, they send their proposal that we will design that, we'll do this thing. They also back up their experience, they back up with their resumes, they back up all the things, and there's competition. Then the short list is made, then they're interviewed, then whole rigorous process goes to make sure that they are fully capable of accompanying this thing. Then they go and work. Now, on top of it, there's a quality control. And hence, this system, once it's built, it meets the quality. Problem in Punjab is this. The whole system is different. They call tender ecology. This is one. Same thing, you know. I think what was done by, I'm going to a little politics, Dr. Manmohan Singh did a great thing. He said, all vice chancellors, all those things has to be appointed through competition. They should be, you know, merit-based. But they throw this out. They are appointed by the chief minister. Secretary appointed by chief minister. So that is the problem in Punjab. The quality control create currently America, which is the system banaya hoya hai ga, ke, tusi imagine karo, I did projects, you know, you go through a project, the contractor is working and so on and so forth. This most interesting thing is this, even a single house, there are steps.
building inspector guys comes. They is this foundation okay? They give okay. Let's go okay, otherwise they grant them. Yeah. In America, de vich, along the thing, there are certain milestones for which they are checked and then finally approved. Yeah. We don't have that. So therefore, the quality control here, it could be ensured that once this money is released, we as licensed civil engineers who have taken an oath, a canon of oath and section, will perform to the best of our knowledge. And then there are construction companies well known. They do this thing. That is something I hope has not been brought up in the Congress, that this is not going to be used, that this be funneled the wrong way. Well, I mean, well, you know, definitely Congress de vich hale is bill te debate honi hai. There is probably going to be a good amount of time that passes before any money is released. But just not to see kya, at least we as the people of this country, as citizens, taxpayers, residents of America, sanu confidence hai ga ki jadon vi ye process shuru hoega, that it will be carried out, just not to see sanu dasya, by the highest quality of standards and cutting edge technology. Look forward to seeing that. And Dr. Sukhmandar ji, thank you so much for your time. Of course, this topic, the work for topics, the gal shuru ho jandi hai, the time da pata nahi lagda, but we have to say goodbye here, Dr. Sukhmandar. I'm sorry, I might have sidetracked. No, sometimes there are, please, being in this profession, you know, main ho sakda na convey kar saka, aur main apni taraf ye keh sakda hanga ki tusi ye imagine karo, tu several engineers nu kokis credit de do. ਕਿੰਨੀਆਂ ਜ਼ਿਆਦਾ 98% ਜਿਹੜੇ ਨੇ ਉਹ ਦੇ ਆਰ ਫੰਕਸ਼ਨਿੰਗ ਇਵਨ ਬਿਯੋਂਡ ਦੇਅਰ That is the true wonder of civil engineering. And thank you so much, Dr. Saab, for your contribution to the field and to our program tonight. Have a good rest of your evening, Dr. Saab. Sat Sri Akaal. ਤੇ ਮੈਂ ਵਿਊਅਰਸ ਨੂੰ ਸਿਰਫ ਇਹੀ ਕਹਿਣਾ ਚਾਹੁੰਦੀ ਹਾਂ, ਇਸ ਇਨਫਰਾਸਟ੍ਰਕਚਰ ਬਿੱਲ ਦੇ ਵਿੱਚ ਜਿਸ ਤਰ੍ਹਾਂ ਤੁਸੀਂ ਦੇਖਿਆ, ਜੋ ਨਿਟੀਗ੍ਰਿਟੀ ਡਿਟੇਲਸ ਹੈਗੀਆਂ ਉਹ ਤਾਂ ਬਹੁਤ ਹੀ ਜ਼ਿਆਦਾ ਤੁਹਾਡੀ ਡੇ ਟੂ ਡੇ ਲਾਈਫ ਨੂੰ ਇੰਪੈਕਟ ਕਰਦੀਆਂ, ਬਟ ਆਈ ਵਾਂਟ ਟੂ ਟਾਕ ਅਬਾਊਟ ਦ ਇਕਨੋਮਿਕ ਇੰਪੈਕਟਸ ਆਫ ਇਟ, ਕਿ ਇਕਨੋਮੀ ਨੂੰ ਕੀ ਇੰਪੈਕਟ ਪਊਗਾ, ਖਾਸ ਕਰਕੇ ਜਿੱਥੇ ਇਹ ਪੋਲੀਟੀਕਲ ਪ੍ਰੋਸੈਸ ਹੁਣ ਸ਼ੁਰੂ ਹੋਇਆ, ਸਿਰਫ ਤਾਂ ਸਿਰਫ ਸੈਨੇਟ ਦੇ ਵਿੱਚ ਇਸ ਬਿੱਲ ਨੂੰ ਪੈਸੇਜ ਮਿਲੀ ਹੈਗੀ, ਹਾਲੇ ਕਾਂਗਰਸ ਦੇ ਵਿੱਚ ਇਹਨੇ ਪਹੁੰਚਣਾ, ਉਸ ਤੋਂ ਬਾਅਦ ਦੇਖਾਂਗੇ ਕਿ ਪ੍ਰੈਜ਼ੀਡੈਂਟ ਦੀ ਡੈਸਕ ਤੇ ਕੀ ਵਰਜ਼ਨ ਪਹੁੰਚਦਾ ਹੈ। ਸੋ ਦ ਪੋਲਿਟਿਕਸ ਐਂਡ ਦ ਇਕਨੋਮਿਕਸ ਵੀ ਗੋਇੰ ਟੂ ਟਾਕ ਅਬਾਊਟ ਇਟ ਆਫਟਰ ਦ ਬ੍ਰੇਕ। ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਸਾਰਿਆਂ ਨੂੰ ਸਵਾਗਤ ਕਰਦੇ ਹਾਂ। ਤੁਸੀਂ ਵੇਖ ਰਹੇ ਹੋ ਅੱਜ ਦਾ ਮੁੱਦਾ, ਗੱਲ ਹੋ ਰਹੀ ਹੈ ਇਨਫਰਾਸਟ੍ਰਕਚਰ ਦੀ, ਜਿੱਥੇ ਤੁਹਾਨੂੰ ਡਾਕਟਰ ਸੁਖਮੰਦਰ ਸਿੰਘ ਜੀ ਨੇ ਇੰਨੀ ਡਿਟੇਲ ਜਾਣਕਾਰੀ ਦਿੱਤੀ ਕਿ ਇਨਫਰਾਸਟ੍ਰਕਚਰ ਦੇ ਵਿੱਚ ਐਕਚੁਅਲੀ ਕੀ ਕੁਝ ਇਨਕਲੂਡਿਡ ਹੁੰਦਾ ਹੈ। ਇੱਕ ਸਿਵਲ ਇੰਜੀਨੀਅਰਿੰਗ ਪਰਸਪੈਕਟਿਵ ਤੋਂ ਇਨਫਰਾਸਟ੍ਰਕਚਰ ਦੇ ਵਿੱਚ ਸਾਨੂੰ ਕਿਸ ਤਰ੍ਹਾਂ ਦੀ ਐਕਸਪੈਕਟੇਸ਼ਨਸ ਰੱਖਣੀਆਂ ਚਾਹੀਦੀਆਂ ਜਦੋਂ ਇਸ ਬਿੱਲ ਨੂੰ ਲੈ ਕੇ ਅਪਡੇਟਸ ਦੀ ਗੱਲ ਹੋ ਰਹੀ ਹੈ। ਬਟ ਕੁਝ ਵੀ ਫ੍ਰੀ ਦਾ ਨਹੀਂ ਹੁੰਦਾ, ਦੇਰ ਇਜ਼ ਨੋ ਸੱਚ ਥਿੰਗ ਇਜ਼ ਫ੍ਰੀ ਲੰਚਸ। ਜੋ ਇੰਨਾ ਵੱਡਾ ਪ੍ਰਾਈਸ ਟੈਗ ਇਸ ਇਨਫਰਾਸਟ੍ਰਕਚਰ ਬਿੱਲ ਤੇ ਲੱਗਿਆ ਹੋਇਆ, $1.2 trillion, ਉਹ ਮਨੀ ਕਿੱਥੋਂ ਆਊਗਾ, ਇਹਦੀ ਕਾਸਟ ਕਿੱਥੋਂ ਪੂਰੀ ਹੋਏਗੀ, ਤੇ ਇਕਨੋਮੀ ਤੇ ਕੀ ਲੌਂਗ ਟਰਮ ਕੰਸੀਕੁਐਂਸਿਸ ਜਾਂ ਡੈਟ ਤੇ, ਇਸ ਮੁਲਕ ਦੀ ਜੋ ਡੈਟ ਹੈਗੀ ਉਹ ਤੇ ਕੀ ਲੌਂਗ ਟਰਮ ਕੰਸੀਕੁਐਂਸਿਸ ਹੋਣਗੀ ਇਸ ਇਨਫਰਾਸਟ੍ਰਕਚਰ ਬਿੱਲ ਨੂੰ ਲੈ ਕੇ, ਇਹਦੀ ਹੁਣ ਗੱਲ ਕਰਨ ਜਾ ਰਹੇ ਹਾਂ। ਸੋ ਆਫਕੋਰਸ ਜਿੱਥੇ ਇਕਨੋਮੀ ਤੇ ਫਾਈਨੈਂਸਿਸ ਦੀ ਗੱਲ ਆਉਂਦੀ, ਸਾਡੇ ਨਾਲ ਜੁੜ ਰਹੇ ਹੈ ਨਿਰਮਲ ਮਾਨ ਜੀ ਫਰੋਮ ਕੈਲੀਫੋਰਨੀਆ, ਫਾਈਨੈਂਸ਼ੀਅਲ ਐਕਸਪਰਟ। ਨਿਰਮਲ ਜੀ, ਤੁਹਾਨੂੰ ਪ੍ਰੋਗਰਾਮ ਦੇ ਵਿੱਚ ਸਵਾਗਤ ਕਰਦੇ ਹਾਂ। ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਅਸ਼ਵਿਨ। So good to have you. ਜਦੋਂ ਵੀ ਤੁਸੀਂ ਸਾਡੇ ਨਾਲ ਜੁੜਦੇ ਹੋ, ਯੂ ਨੋ, ਤੁਸੀਂ ਇੱਕ ਲੇਮੈਨ, ਇੱਕ ਆਮ ਜਨਤਾ ਦੀ ਅੰਡਰਸਟੈਂਡਿੰਗ ਲਈ ਸਾਨੂੰ ਇਕਨੋਮੀ ਦੀ, ਫਾਈਨੈਂਸਿਸ ਦੀ, ਇਨ ਸਾਰੀ ਚੀਜ਼ਾਂ ਦੀ ਜਾਣਕਾਰੀ ਦਿੰਦੇ ਹੋ। ਸੋ ਆਮ ਸੋ ਗਲੈਡ ਕਿ ਇਸ ਮੁੱਦੇ 'ਤੇ ਤੁਸੀਂ ਸਾਡੇ ਨਾਲ ਅੱਜ ਜੁੜੇ। ਨਿਰਮਲ ਜੀ, ਦ ਫਸਟ ਕੁਐਸਚਨ ਆਈ ਹੈਵ ਫੋਰ ਯੂ, ਸੋ ਇਸ ਬਿੱਲ ਦਾ ਪ੍ਰਾਈਸ ਟੈਗ ਜੋ ਸੈਨੇਟ ਦੇ ਵਿੱਚ ਪਾਸ ਹੋਇਆ, ਕਾਂਗਰਸ ਵਿੱਚ ਜਾਊਗਾ ਮੋਸਟ ਲਾਈਕਲੀ, ਉਹਦੇ 'ਤੇ ਕਾਫੀ ਡਿਬੇਟ ਹੋਏਗੀ ਕਾਂਗਰਸ ਦੇ ਵਿੱਚ, ਇਹਦਾ ਪ੍ਰਾਈਸ ਟੈਗ $1.2 trillion ਦਾ ਲਿਖਿਆ ਹੋਇਆ। ਉਹ 'ਚੋਂ ਅਬਾਊਟ ਹੈਫ ਆਲਰੇਡੀ ਸਪੈਂਡਿੰਗ ਸੀਗੀ ਗਵਰਨਮੈਂਟ ਵੱਲੋਂ ਇਸ ਪਾਸੇ, ਬਟ ਅਬਾਊਟ ਲਗਭਗ 500 million ਅਡੀਸ਼ਨਲ ਸਪੈਂਡਿੰਗ ਕੁਛ, ਯੂ ਨੋ, ਵੈਰੀ ਅਰਜੈਂਟ, ਵੈਰੀ ਨੈਸੈਸਰੀ ਇਨਫਰਾਸਟ੍ਰਕਚਰ ਅਪਗ੍ਰੇਡਸ ਲਈ ਅਲੋਟ ਕੀਤੀ ਗਈ ਹੈ। ਦ ਬਿਗ ਕੁਐਸਚਨ ਹੇਅਰ ਇਜ਼, ਇਹ ਅਡੀਸ਼ਨਲ ਫੰਡਸ ਆਉਣਗੇ ਤਾਂ ਕਿੱਥੋਂ ਆਉਣਗੇ? ਸੀ ਦੇਖੋ, ਡੈਫੀਨਟਲੀ ਇਹਦੇ 'ਚ ਜਿਹੜੀ ਸਭ ਤੋਂ ਵੱਡਾ, ਕਿਸੇ ਵੀ ਡੈਮੋਕਰੇਟ ਗਵਰਨਮੈਂਟ ਜਦੋਂ ਵੀ ਆਉਂਦੀ ਹੈ, ਦ ਬਿਗੈਸਟ ਥਿੰਗ ਦੇ ਵਾਂਟ ਟੂ ਡੂ ਇਜ਼ ਦੇ ਵਾਂਟ ਟੂ ਇਨਕਰੀਜ਼ ਦ ਟੈਕਸਿਸ ਔਨ ਟੈਕਸਿਸ ਜਿਹੜੇ ਇਨਕਰੀਜ਼ ਕਰਨੇ ਆ, ਉਹ ਦੇ ਆਲਵੇਜ਼ ਸੇ ਕਿ ਵੈਲਦੀ ਅਮੈਰੀਕਨਸ ਦੇ ਉੱਤੇ ਟੈਕਸਿਸ ਇਨਕਰੀਜ਼ ਕਰਨੇ ਆ। ਆਈ ਮੀਨ ਦਰ ਇਜ਼ ਅ ਬਿਗ ਨਿਊ ਪ੍ਰੋਪੋਜੀਸ਼ਨ ਜਿਹਦੇ 'ਚ ਉਹ ਪ੍ਰਪੋਜ਼ ਕਰ ਰਹੇ ਆ ਪ੍ਰੈਜ਼ੀਡੈਂਟ ਬਾਈਡਨ, ਕਿ ਜਿਹੜਾ ਕੈਪੀਟਲ ਗੇਨ ਟੈਕਸਿਸ ਨੇ ਸਪੈਸ਼ਲੀ ਜਿਹੜੇ ਵੈਲਦੀ ਅਮੈਰੀਕਨਸ ਨੇ, ਉਹ ਅਪ ਟੂ 43.4% ਚਲਾ ਜਾਏਗਾ। ਸੋ ਉਹਦੇ ਨਾਲ ਇੱਕ ਬੜਾ ਵੱਡਾ, ਕਿਉਂਕਿ ਜਿਹੜੀ ਇਨਵੈਸਟਮੈਂਟ
ਇਨਵੈਸਟਮੈਂਟਸ ਨੇ ਇੱਕ ਬੜੇ ਲੈਵਲ ਤੇ ਉਹਦੇ ਚ ਆਈ ਥਿੰਕ ਦੇ ਕੈਨ ਬੀ ਕ੍ਰਿਪਲਡ ਔਰ ਖਾਸ ਕਰਕੇ ਜੇ ਕੈਲੀਫੋਰਨੀਆ ਦੇ ਸਟੇਮ ਗੱਲ ਕਰੀਏ ਸੋ ਕੈਲੀਫੋਰਨੀਆ ਇਜ਼ ਆਲਰੇਡੀ ਸਿਟਿੰਗ ਅਰਾਊਂਡ 56.7 billion ਸੌਰੀ ਪਰਸੈਂਟ ਆਫ ਕੈਪੀਟਲ ਗੇਨ ਜਿਹੜੀ ਹੈ ਟੈਕਸਿਸ ਦੇ ਬੈਠੇ ਹੋਏ ਨੇ ਹੁਣ ਇੱਕ ਹੋਰ ਜਿਹੜੀ ਹੈ ਜਿੰਨੇ ਵੀ ਹਿਸਟੋਰੀਕਲੀ ਅੱਜ ਤੱਕ ਜਿੰਨੇ ਵੀ ਇਨਫਰਾਸਟਰਕਚਰ ਬਿੱਲ ਪਾਸ ਹੋਏ ਨੇ ਉਹਨਾਂ ਜਿਹੜੀ ਫੰਡਿੰਗ ਹੁੰਦੀ ਹੈ ਮਿਊਨਸੀਪਲ ਬੌਂਡਸ ਤੋਂ ਹੁੰਦੀ ਹੈ ਸੋ ਮਿਊਨਸੀਪਲ ਬੌਂਡਸ ਜਿਹੜੇ ਨੇ ਆਪਾਂ ਥੋੜ੍ਹੀ ਜਿਹੀ ਗੱਲ 'ਚ ਹੋਰ ਕਰ ਦਿੰਦੇ ਹਾਂ ਕਿ ਆਉਣ ਵਾਲੇ ਟਾਈਮ ਦੇ ਵਿੱਚ ਕਿ ਕਿੱਧਰੋਂ ਪੈਸੇ ਆਉਣੇ ਨੇ ਅਤੇ ਕਿੱਧਰ ਕਿੱਧਰ ਜਿਹੜੀ ਤੁਸੀਂ ਇਨਵੈਸਟਮੈਂਟਸ ਵੀ ਕਰ ਸਕਦੇ ਹੋ ਕਿਉਂਕਿ ਇਨਵੈਸਟਮੈਂਟ ਦੀ ਬਹੁਤ ਵੱਡੀ ਓਪਰਚੁਨਿਟੀਜ਼ ਆ ਰਹੀ ਨੇ ਜਿਹਦੇ ਵਿੱਚ ਐਸੀਆਂ ਕੰਪਨੀਆਂ ਆ ਰਹੀਆਂ ਨੇ ਜਿਹਦੇ 'ਚ ਤੁਸੀਂ ਆਪ ਸਿੱਧੇ ਹੋ ਕੇ ਪੈਸੇ ਕਮਾ ਸਕਦੇ ਹੋ ਜਾਂ ਤੁਹਾਡੀਆਂ ਜਿਹੜੀਆਂ ਸਟਾਕ ਕਿਉਂਕਿ ਪਿੱਛੇ ਤੁਸੀਂ ਦੇਖਿਆ ਕਿ ਸਟਾਕ ਨੇ ਬਹੁਤ ਗੇਨ ਕੀਤਾ ਅਤੇ ਸਟਾਕਸ 'ਤੇ ਤੁਸੀਂ ਕਿੱਥੇ ਕਿੱਥੇ ਆਪਣੇ ਜਿਹੜੇ ਪੈਸੇ ਜ਼ਿਆਦਾ ਇਨਵੈਸਟਮੈਂਟ ਤੁਹਾਡੀਆਂ ਜਿਹੜੀਆਂ ਬੈਨੀਫਿਸ਼ੀਅਲ ਰਹਿਣਗੀਆਂ ਸੋ ਜਿਹੜੇ ਟੈਕਸਿਸ ਵੱਧ ਰਹੇ ਨੇ ਹੁਣ ਟੈਕਸ ਜਿਹੜੇ ਵਧਣੇ ਨੇ ਉਹ ਕਾਰਪੋਰੇਟ ਟੈਕਸਿਸ ਵਧਣੇ ਨੇ ਅਤੇ ਇੰਡੀਵਿਜੁਅਲ ਟੈਕਸਿਸ ਵੀ ਵਧਣੇ ਨੇ ਸੋ ਟੈਕਸਿਸ ਨੂੰ ਜਿਹੜਾ ਇਹ ਮਿਊਨਸੀਪਲ ਬੌਂਡਸ ਨੇ ਉਹ ਇੱਕ ਤਰ੍ਹਾਂ ਨੂੰ ਉਹ ਕਿਉਂਕਿ ਉਹ ਜ਼ੀਰੋ ਟੈਕਸਿਸ ਹੁੰਦੇ ਨੇ ਉਹ ਤੁਹਾਡੇ ਟੈਕਸ ਨੂੰ ਨਿਊਟਰਲਾਈਜ਼ ਕਰਦੇ ਨੇ ਸੋ ਮੋਸਟਲੀ ਲੋਕ ਕੋਸ਼ਿਸ਼ ਕਰਦੇ ਨੇ ਕਿ ਜਦੋਂ ਵੀ ਟੈਕਸਿਸ ਆ ਗਏ ਤਾਂ ਮੈਕਸੀਮਮ ਜਿਹੜੇ ਬੌਂਡਸ ਖਰੀਦੇ ਜਾਣ ਸੋ ਜਿਹੜੀ ਬੌਂਡ ਦੀ ਮਾਰਕੀਟ ਹੈ ਉਹ ਬੜੀ ਸਟਰੋਂਗ ਹੋਣ ਵਾਲੀ ਹੈ ਉਹਦੇ ਵਿੱਚ ਤੁਸੀਂ ਪੈਸੇ ਲਾ ਸਕਦੇ ਹੋ ਔਰ ਬੌਂਡ ਜਨਰਲੀ ਜਿਹੜੇ ਮਿਊਨਸੀਪਲ ਗਵਰਨਮੈਂਟ ਬੈਕ ਬੌਂਡਸ ਹੁੰਦੇ ਨੇ ਉਹ ਕਾਫੀ ਸਿਕਿਓਰ ਹੁੰਦੇ ਨੇ ਸੋ ਇਹਦੇ ਵਿੱਚ ਇੱਕ ਪੋਜ਼ਿਟਿਵ ਹੈ ਜੇ ਤੁਸੀਂ ਇਨਵੈਸਟਮੈਂਟ ਕਰ ਸਕਦੇ ਹੋ ਬਾਕੀ ਜਿਹੜਾ ਇਨਫਰਾਸਟ੍ਰਕਚਰ ਦੇ ਵਿੱਚ ਬਹੁਤ ਵੱਡੀ ਜਿਹੜੀ ਇਨਵੈਸਟਮੈਂਟ ਦੀ ਗੱਲ ਕਰ ਰਹੇ ਹਾਂ ਆਪਾਂ ਉਹ ਆ ਰਹੀ ਹੈ ਬ੍ਰੌਡਬੈਂਡ ਦੀ ਇੰਟਰਨੈਟ ਆਈ ਐਮ ਸੋ ਗਲੈਡ ਯੂ ਸਟੋਲ ਮਾਈ ਨੈਕਸਟ ਕੁਐਸਚਨ ਨਿਰਮਲ ਜੀ ਆਈ ਵਾਸ ਗੋਇੰਗ ਟੂ ਆਸਕ ਯੂ ਦਿਸ ਬਿਕੋਜ਼ ਆਮ ਯੂ ਨੋ ਜਸਟ ਅ ਕੁਇਕ ਪੋਲੀਟੀਕਲ ਅਗਰ ਅਸੀਂ ਐਂਗਲ ਇੱਥੇ ਲੈਂਦੇ ਹਾਂ ਪ੍ਰੈਜ਼ੀਡੈਂਟ ਬਾਈਡਨ ਇਜ਼ ਐਡਵੋਕੇਟਿੰਗ ਕਿ ਜੋ ਇੰਟਰਨੈਟ ਹੈਗਾ ਉਹਦਾ ਐਕਸੈਸ ਇਜ਼ ਅ ਬੇਸਿਕ ਨੈਸੈਸਰੀ ਲਾਈਕ ਐਕਸੈਸ ਟੂ ਕਲੀਨ ਵਾਟਰ ਸੋ ਉਹਦੀ ਐਕਸੈਸਿਬਿਲਿਟੀ ਇਸ ਇਨਫਰਾਸਟ੍ਰਕਚਰ ਬਿੱਲ ਦੇ ਵਿੱਚ ਇੰਕਲੂਡ ਹੋਣੀ ਚਾਹੀਦੀ ਹੈ ਐਂਡ ਪ੍ਰੋਵਾਈਡਿੰਗ ਇੰਟਰਨੈਟ ਟੂ ਡਿਸ ਔਰ ਅੰਡਰ ਸਰਵਿਸਡ communities right so ede bare in no doubt ke ede utte argument hoega but once again you know this internet upgrade as part of the infrastructure bill what kind of cost what kind of upgrades are we looking at here so we're talking about overall expansion of internet and actually improving the quality of internet if you look at the quality of internet especially in this country it's not at the level jitna apan je south korea jayega which is much better like 10 times better as compared to us yeah hor badi jehdi country hai of course countries chotiyan ne utte infrastructure broadband jada launa infrastructure da oh kafi saukha hai par hun inna paisa lada lag reha hai ode vich ikdi investment jehdi aam bande de jehdi hai sochne wali gall eh hai ke jehdi communication de vich jehdi market de vich company already hai gayi ਲਾ ਲਓ ਜਿੱਦਾਂ ਵਰਾਈਜ਼ਨ ਹੈਗੀ ਹੈ ਜਾਂ AT&T ਹੈਗੀ ਹੈ ਟੀ ਮੋਬਲ ਹੈਗੀ ਹੈ ਇਹਨਾਂ ਦੇ ਵਿੱਚ ਜਿਹੜੀ ਹੈ ਇਹ ਕੰਪਨੀ ਆਉਣ ਵਾਲੇ ਟਾਈਮ ਦੇ ਵਿੱਚ ਕਾਫੀ ਜ਼ਿਆਦਾ ਫਾਇਦਾ ਇਹਨਾਂ ਨੂੰ ਹੋਏਗਾ ਸੋ ਜੇ ਤੁਸੀਂ ਇਹਨਾਂ 'ਚ ਇਨਵੈਸਟ ਕਰਨਾ ਚਾਹੁੰਦੇ ਹੋ ਇਹ ਦੀਜ਼ ਆਰ ਗੁੱਡ ਇਨਵੈਸਟਮੈਂਟ ਓਪਰਚੁਨਿਟੀਜ਼ ਉਹਦੇ ਬਾਅਦ ਜੇ ਤੁਸੀਂ ਇਨਫਰਾਸਟ੍ਰਕਚਰ ਦੀ ਗੱਲ ਕਰਦੇ ਆ ਉਹ ਮਾਰਕ ਮੈਰੀਆਟ ਆ ਦੈਨ ਕੈਟਰਪਿਲਰ ਹੋ ਗਿਆ ਤੁਹਾਡਾ ਹੋਰ ਇੱਦਾਂ ਦੀ ਜਿਹੜੀ ਕੰਪਨੀਆਂ ਜੇ ਤੁਸੀਂ ਇਨਵੈਸਟ ਕਰੋਗੇ ਤੁਹਾਡੀ ਜਿਹੜੀ ਸਪੈਂਡਿੰਗ ਹੈ ਜਿਹੜੀ ਤੁਹਾਡੀ ਇਨਵੈਸਟਮੈਂਟ ਆ ਉਹ ਬੜੀ ਆਉਣ ਵਾਲੇ ਟਾਈਮ ਦੇ ਵਿੱਚ ਉਹ 'ਚ ਬੜੇ ਪੋਜ਼ਿਟਿਵ ਰਿਟਰਨਸ ਮਿਲਦੀ ਗੱਲ ਹੈਗੀ ਖਾਸ ਕਰਕੇ ਜੇ ਆਪਾਂ ਗੱਲ ਕਰੀਏ ਕੁਛ ਵੀ ਜਿਹੜੀ ਚੀਜ਼ ਰਿਲੇਟਡ ਹੈ ਆਪਣੇ ਇੰਡਸਟਰੀਅਲ ਮਟੀਰੀਅਲ ਦੇ ਨਾਲ ਐਨਰਜੀ ਦੇ ਨਾਲ ਯੂਟੀਲਿਟੀ ਦੇ ਨਾਲ ਐਂਡ ਕਮਿਊਨੀਕੇਸ਼ਨ ਸੈਕਟਰ ਦੇ ਨਾਲ ਇਹਨਾਂ ਚੀਜ਼ਾਂ ਨੂੰ ਤੁਸੀਂ ਬੜੀ ਕਲੋਜ਼ਲੀ ਵਾਚ ਕਰੋ ਔਰ ਜਿੰਨੀ ਛੇਤੀ ਤੁਸੀਂ ਇਹ 'ਚ ਇਨਵੈਸਟਮੈਂਟ ਕਰ ਸਕਦੇ ਹੋ ਦੈਟ ਵਿਲ ਬੀ ਅ great investment ji ji nirmal ji I mean you know the investment stuff of course eta opportunities they seem like kafi sectors de vich khulan ja rahi hain they're going to be opening up not just in the construction and the material sector but just now the technology gal kiti but once again you know it this all looks good on paper right but tuhanu ki lagda hai ki is bill de khilaf ki arguments sunan nu milen khas karke jithe paave price tag hoye paave economy ਹੋਏ ਇਨ ਚੀਜ਼ਾਂ ਦੇ ਨਾਲ ਜੁੜੇ ਹੋਏ ਕੀ ਕ੍ਰਿਟਿਸਿਜ਼ਮਸ ਇਸ ਬਿੱਲ ਦੇ ਖਿਲਾਫ ਆਣਗੇ ਸੋ ਦੋ ਤਿੰਨ ਗੱਲਾਂ ਜਿਹੜੀਆਂ ਨੇ ਆਫ ਕੋਰਸ ਜਿੱਦਾਂ ਰਿਪਬਲਿਕਨ ਹਮੇਸ਼ਾ ਕਹਿੰਦੇ ਕਿ ਟੈਕਸ ਇਨਕਰੀਜ਼ ਕਿਸੇ ਪਾਸੇ ਨਹੀਂ ਕਰਨਾ ਚਾਹੀਦਾ ਟੈਕਸ ਇਨਕਰੀਜ਼ ਕਰਾਂਗੇ ਤਾਂ ਜਿਹੜੀਆਂ ਕਾਰਪੋਰੇਸ਼ਨਸ ਨੇ ਦੇ ਮੂਵ ਆਫ ਦਾ ਕੰਟਰੀ ਸੋ ਇੱਕ ਹਮੇਸ਼ਾ ਜਿਹੜਾ ਕਿਉਂਕਿ ਜਿਹੜਾ ਜਿੰਨਾ ਵੀ ਕੰਜ਼ਰਵੇਟਿਵ ਸਾਈਡ ਹੈਗੀ ਹੈ ਦੇ ਆਲਵੇਜ਼ ਸੇ ਕਿ ਨਹੀਂ ਪਰ ਇਸ ਟਾਈਮ ਦੇਖੋ ਕਿ ਮੈਜੋਰਿਟੀ ਜਿਹੜੇ ਸੈਨੇਟਰਸ ਨੇ ਉਹਨਾਂ ਦੇ ਉਹਨਾਂ ਨੇ ਇਸ ਇੱਧਰ ਆ ਕੇ ਵੋਟ ਕੀਤੀ ਹੈ ਦੂਜੀ ਗੱਲ ਇਹ ਹੈ ਕਿ ਨਵਾਂ ਵਾਲਾ ਪ੍ਰਪੋਜ਼ਲ ਕਰ ਰਹੇ ਨੇ ਉਹ ਪ੍ਰਪੋਜ਼ਲ ਦੇ ਵਿੱਚ ਇਹ ਗੱਲ ਕਰ ਰਹੇ ਆ ਕਿ ਆਉਣ ਵਾਲੇ ਟਾਈਮ ਦੇ ਵਿੱਚ ਤੁਹਾਡੇ ਪਰ ਮਾਈਲ ਦੇ ਹਿਸਾਬ ਨਾਲ ਤੁਹਾਡੀ ਕਾਰਾਂ ਤੇ ਟੈਕਸ ਪਾਇਆ ਜਾਏਗਾ ਡੈਫੀਨਿਟਲੀ ਆਈ ਥਿੰਕ ਉਹ ਕਿਤੇ ਨਾ ਕਿਤੇ ਡਿਊ ਵੀ ਹੈਗਾ ਜੋ ਅੱਜ ਕੱਲ ਬਹੁਤ ਵੱਡੀਆਂ ਇਲੈਕਟ੍ਰਿਕ ਕਾਰਾਂ ਆ ਰਹੀਆਂ ਨੇ ਉਹਦੇ ਉੱਤੇ ਅੱਜ ਕੋਈ ਟੈਕਸ ਨਹੀਂ ਪੈਂਦਾ ਬਿਕੋਜ਼ ਜਿਹੜਾ ਬੰਦਾ ਗੈਸ ਭਰਦਾ ਜਾਂ ਡੀਜ਼ਲ ਭਰਦਾ ਉਹ ਆਲਰੇਡੀ ਪ੍ਰੀ ਟੈਕਸ ਆਉਂਦਾ ਸੋ ਇੱਕ ਗੱਲ ਇਹ ਵੀ ਆ ਰਹੀ ਹੈ ਕਿ ਤੁਹਾਡਾ ਜਿਹੜਾ ਓਵਰਆਲ ਜਿਹੜੀ ਇਹਦੇ ਨਾਲ ਇਨਫਲੇਸ਼ਨ ਜਿਹੜੀ ਵਧੀ ਹੈ ਸੋ ਹਰ ਵਧੇਗੀ ਜਿਹਦੇ ਨਾਲ ਹਰ ਚੀਜ਼ ਜੋ ਗੈਸ ਮਹਿੰਗੀ ਹਰ ਚੀਜ਼ ਜਿਹੜੀ ਆਉਣ ਵਾਲੇ ਟਾਈਮ ਦੇ ਵਿੱਚ ਇਨਫਲੇਸ਼ਨ ਮਹਿੰਗੀ ਇਨਫੈਕਟ ਇਨਫਲੇਸ਼ਨ ਦੇ ਹੋਰ ਵੀ ਜਿਹੜੇ ਰੀਜ਼ਨਸ ਹੈਗੇ ਨੇ ਜਿਹੜੇ ਆਉਣ ਵਾਲੇ ਟਾਈਮ ਦੇ ਵਿੱਚ ਇੰਪੋਰਟੈਂਟ ਨੇ ਔਰ ਮਤਲਬ ਇਕਨੋਮੀ ਦੇ ਨਾਲ ਹੀ ਉਹ
ਵਧਣ ਦੇ ਨਾਲ ਉੱਤੇ ਜਾਣੀ ਜਾਣੀ ਹੈ जी जी you know one last thing I have to ask you because once again you know age bill this is very early stages right and hale sirf senate de vich pass hoya congress de vich debate honi I mean there will probably be a considerable amount of time jo tak a bill president biden di desk te pahunchda hai and it could look very very different from what it looks like now right so what about some of these key infrastructure upgrades right kis tarah di timeline tonu lagda hai sanu itthe expect karni chahidi hai it's not like you know next month everything will be under construction right so even when you're talking about investments or taxes going up these key things jide naal lokan de wallets nu ya fayda hoega ya nuksan kis tarah di timeline tonu lagda hai ki sanu expect karni chahidi hai the डेफिनेटली जी हाँ जी लोगों की गल की आम पब्लिक की गल की आम पब्लिक के बच्चों देखो कि प्री पैनडेमिक जो पैनडेमिक जो शुरू होया तो उदो अनएम्प्लॉयमेंट रेट ऑलमोस्ट 14.7% पहुँच चुकिया ही हूँ इस टाइम जी अप्रोक्सीमेटली 6% पहुँच चुकी है इस इंफ्रास्ट्रक्चर बिल के सिर्फ पास होना बाई एंड ऑफ दिस ईयर जो थोड़े जे महीने हो रहे हैं बाई एंड ऑफ दिस ईयर यदि जी एंटीसपेन है कि दिस विल गो डाउन टू 4.5% सो डेफिनेटली जड़िया इन जॉब्स क्रिएट हो रही हैं अनएम्प्लॉयमेंट जी हिस्टोरिक लो जाएगी 4.5% so definitely the money will come to people's wallet you know jinna ne naukriyan karde pe and these are high paying jobs and these jobs can't be outsourced so jinne bhi jehde ajj di itthe ek aur jehda ek major reason hai inflation da oh ohi hunda hai ki jadon service di itthe total jehdi workforce di demand hai oh bhi jehdi hai zarurat to zyada ho rahi hai ne loki bhi nahi itthe milne so aun wale lokan aun wale time de vich jinne bhi hege ne jehda middle class hai ohde vaste bahut hi promising hega aur I think unna जो लोकां दी वोटिंग दी गल आंदी है पार्टी एलीजेंस दी गल आंदी है उहदे नाल किथे ना किथे उहनां दी फाइनैंशियल जो सोशियो इकोनॉमिक स्टेटस है वह जुड़िया हुंदा है राइट सो इफ वी हैड टू टॉक अबाउट कि इस बिल दी सपोर्ट किन्हां दे लई इह बिल फायदेमंद है किन्हां लई इह उहनां नूं कॉस्टली पऊगा so you're saying the middle class and especially lower income families households communities jyada benefit karenge is bill to the way it stands today definitely they will and even our business classes you know the majority of our community je aap apni sikh community di gal kariye you know by and large we are you know very entrepreneurial apne lokan di khas kar je aap transportation business di kita jayega overall that will improve their profits long term so baki down the road of course I think jinna de vich jidda tusi kiya ki ha bhai jadon lokan de financial impact penda ki jadon unna da future secure that's all they want and especially at a time aa reya on wale time de vich you know everything is getting taken over by computers and ai yeah. har you know these everyone think about ke job jehdi risk te hegiyan ne so people will get a you know sense of comfort for the next you know at least for next 8 to 10 years so ode naal jehdi I think that's how probably they will I mean it's too early to say because votan je hai nahi par kyunki e lower middle class to leke middle class sab waste beneficial hai that's the only reason kyunki inne jehde party lines nu ਕਿ ਵੀ ਯੂ نو ਆਲ ਦਾ ਵੇ ਮਿਚ ਮਕੋਲਨ ਜਿਹੜਾ ਮਿਨੋਰਟੀ ਲੀਡਰ ਵੀ ਹੈਗੇ ਨੇ ਸੈਂਟਰ ਸੈਨੇਟ ਦੇ ਉਹਨਾਂ ਨੂੰ ਵੀ ਆ ਕੇ ਇਸ ਵੋਟ ਦੇ ਇਸ ਬਿੱਲ ਦੇ ਹੱਕ 'ਚ ਖੜੇ ਹੋਏ ਨੇ ਬਿਕੋਜ਼ ਦੇ ਨੋ ਬਿਕੋਜ਼ ਦੇ ਹੈਵ ਟੂ ਸਪੋਰਟ ਦਿਸ ਬਿੱਲ ਟੂ ਸਟੇ ਇਨ ਪਾਵਰ जी लास्ट क्वेश्चन एंड देन वी विल रैप अप फॉर द नाइट प्रेसिडेंट ट्रंप फॉर्मर प्रेसिडेंट ट्रंप वालों कुछ सोशल मीडिया से इस बिल के खिलाफ कॉमेंट्स उन्होंने मिल रहे थे समथिंग अलोंग द लाइंस ऑफ कि ए बिल मतलब एक स्टेप अवे हैगा फ्रॉम बीइंग द ग्रीन न्यू डील जो कि बर्नी सैंडर्स अलेक्जेंडर ओकासियो कॉर्टेज एक्सट्रीम प्रोग्रेसिव लेफ्ट विंग द सजेशन थी अ होल सेट ऑफ न्यू लेजिस्लेशन कॉल्ड द ग्रीन न्यू डील सो ਇਹ ਕੋਈ ਸੱਚਾਈ ਹੈਗੀ ਔਰ ਯੂ ਥਿੰਕ ਦਿਸ ਇਜ਼ ਸਮ ਕਾਈਂਡ ਆਫ ਅ ਪੋਲੀਟੀਕਲ ਸਕੀਮ ਟੂ ਪ੍ਰਪੇਅਰ ਫਾਰ ਦ ਮਿਡ ਟਰਮਸ ਨੈਕਸਟ ਈਅਰ
ਵੈਲ ਪ੍ਰੈਜ਼ੀਡੈਂਟ ਟਰੰਪ ਐਕਸ ਪ੍ਰੈਜ਼ੀਡੈਂਟ ਟਰੰਪ ਦੀ ਗੱਲਾਂ ਕਰ ਰਹੇ ਨੇ ਉਹਨਾਂ ਦੀ ਗੱਲ ਦੇ ਵਿੱਚ ਕਿੰਨੀ ਗੱਲ ਹੀ ਜਸਟ ਥਰੋ ਐਵਰੀਥਿੰਗ ਔਨ ਵਾਲ ਐਂਡ ਸੀ ਵਾਟ ਸਟਿਕਸ ਉਹਨਾਂ ਦੀ ਜਿਹੜੀ ਉਹਦੀ ਗੱਲ ਕਰਨ ਵਾਲੀ ਉਹਦੇ ਵਿੱਚ ਆਈ ਮੀਨ ਜੇ ਇਫ ਦੇਰ ਆਰ ਐਨੀ ਪੁਆਇੰਟਸ ਆਈ ਮੀਨ ਇਟਸ ਟੂ ਅਰਲੀ ਟੂ ਸਪੈਕੂਲੇਟ ਐਨੀਥਿੰਗ ਕਿ ਕਿਹੜੀ ਗ੍ਰੀਨ ਡੀਲ ਦੇ ਵਿੱਚ ਕੀ ਪ੍ਰੋਵੀਜ਼ਨਸ ਆਈਆਂ ਨੇ ਐਂਡ ਦ ਥਿੰਗ ਇਜ਼ ਯੂ ਨੋ ਅਮੈਰੀਕਾ ਇਜ਼ ਵਰਲਡ ਲੀਡਰ ਜੇ ਅਸੀਂ ਗ੍ਰੀਨ ਡੀਲ ਦੀ ਗੱਲ ਨਹੀਂ ਕਰਾਂਗੇ ਵੀ ਵਿਲ ਨਾਟ ਹੈਵ ਵੀ ਵੋਂਟ ਹੈਵ ਦਿਸ ਅਰਥ ਦਿਸ ਪਲੇਸ ਇਜ਼ ਨਾਟ ਸਿਕਿਓਰ ਫਾਰ ਆਵਰ ਕਮਿੰਗ ਜਨਰੇਸ਼ਨਸ ਸੋ ਜੇ ਆਪਾਂ ਨਹੀਂ ਗੱਲ ਕਰਾਂਗੇ ਦਰ ਇਜ਼ ਨੋ ਵਨ ਯੂ ਨੋ ਨੋ ਵਨ ਇਜ਼ ਗੋਇੰ ਟੂ ਡੂ ਦੈਟ ਐਂਡ ਐਵਰੀਵਨ ਐਲਸ has to follow America. So it has to start from here. The charity begins at home. Je hogi green deal, I mean, jo gal kiti President Trump ne, oh jidda randomly gal kar dende ki, without any sir pair. So technically, bina sir pair di gal hagi hai, jadon actually green deal samne aayegi, uchi key propositions ne, key propose kita, we can talk, we can discuss the details, ki utthe kithe galt hai, kithe nahi galt hai ga. But at this time, I think there's no data to support or deny this green deal. And absolutely. And you know, once again, jo infrastructure and green new deal the comparison jis tarah unhone karan di koshish kiti, infrastructure is something jo aap apni administration de vich unhone bahut koshish kiti pass karan layi. I mean, presidents on both sides of the aisles have tried to pass infrastructure legislation. So it's not like ki kisi ek party ya ek president da mudda hega. But I'm so glad tusi sanu thoda ja perspective ditta, economic perspective to, especially when it comes to the investment opportunities that will be opening up. Ina te assi close nigrani rakh ke updates provide karte rahenge. Nirmal Manji, financial expert, joining us from California. As always, thank you for your time. Have a good rest of your night. Sat Sri Akal. Thanks for having me. Thank you. Ji. Eh de naal hi program di samapti karde haan. Of course, is infrastructure deal di jo eh ajj tode naal assi pesh kita, eh sirf shuruaat hai. Ek din pehle innu Senate de vich pass kita gaya si with bipartisan support. हले इस बिल ने कांग्रेस विच जाना है. कांग्रेस दे विच इनडाउटेबली इहदे ते बहुत ज़्यादा आर्गूमेंट्स ते डिबेट्स होणगियां. जो प्रोविजन्स अज दी डेट विच इनकलूडेड हन शायद ओ इनकलूडेड वी ना होण. सो वी विल सी कि कांग्रेस विच इस बिल नू की कुछ किस तरह दे चेंजेस आंदे है ते की फाइनल बिल प्रेजिडेंट बाइडन दे डेस्क ते आंदा है, ओ सारी जानकारी तुहाडे नाल प्रोवाइड करदे रहांगे. अज दे प्रोग्राम दे लई साडे लई साडे गेस्ट्स लई कोई क्वेश्चंस कमेंट्स कंसर्न्स वी सानू लिख सकदे हो इनफो जस्ट ब्रॉडकास्टिंग.com. Ashmita, justbroadcasting.com. Hun minu deo ijazat. Sat Sri Akal.